ਮਾਸ਼ਾਅੱਲਾ ਜੀ, ਸਾਡੇ ਨਾਲ ਹਾਜੀ ਸਾਹਿਬ ਮੌਜੂਦ ਨੇ ਜਿਹਨੇ ਸਰਕਾਰ ਦਾ ਲੰਗਰ ਪਕਵਾਇਆ। ਅਤੇ ਇਹ ਉਦੋਂ ਆ ਰਹੇ ਸੀ ਜਦੋਂ ਸਰਕਾਰ ਦੀ ਪ੍ਰਦੇਸ਼ ਸੀ, ਬਸ ਕੋਈ ਘਰ ਦੇ ਮਸਲੇ ਮਸਾਇਲ ਜਿਸ ਤਰ੍ਹਾਂ ਮਸਲੇ ਮਸਾਇਲ ਹੁੰਦੇ ਨੇ, ਲੇਕਿਨ ਉਹਨੇ ਟਾਈਮ ਨਹੀਂ ਮਿਲਿਆ, ਹੁਣ ਆ ਕੇ ਸਰਕਾਰ ਦਾ ਲੰਗਰ ਇਹਨੇ ਆ ਕੇ ਮਾਸ਼ਾਅੱਲਾ ਜੀ, ਅਸੀਂ ਇਸ ਟਾਈਮ ਜੁੰਮੇ ਮੋੜ ਦੇ ਉੱਤੇ ਆਏ ਖੜੋਤੇ ਹਾਂ। ਇੱਥੇ ਚੁੱਕਣੇ ਅਸੀਂ ਦੇਗਾਂ ਕੱਲ੍ਹ ਬਰਸੀ ਬਣਾ ਲੰਗਰ, ਅਤੇ 26 ਦੇਗਾਂ ਲੰਗਰ ਦੀਆਂ ਦਰਬਾਰ ਦੇ ਜਿਹੜੇ ਮੇਨ ਐਂਟਰੀ ਗੇਟ ਹੈਗਾ ਉੱਥੇ, ਅਤੇ ਬਿਲਕੁਲ ਸਮਾਨ ਸਮਾਨ ਰੈਡੀ ਹੋ ਰਿਹਾ। ਅਤੇ ਜਿਸ ਤਰ੍ਹਾਂ ਸਮਾਨ ਉਤਰੇਗਾ ਮੇਨ ਗੇਟ ਦਾ ਗਿਆ, ਆਪਾਂ ਦੋਸਤ ਨੂੰ ਉਹਦਾ ਮੰਦਰ ਉਹਦੀ ਵੀਡੀਓ ਦਿਖਾਵਾਂਗੇ, ਜਿਹੜਾ ਸਮਾਨ ਅਸੀਂ ਚੁੱਕ ਰਹੇ ਹਾਂ ਉਹ ਲਿਖਵਾ ਰਹੇ ਹਾਂ। ਅਤੇ ਜਿਸ ਤਰ੍ਹਾਂ ਵੀ ਤਕਸੀਮ ਹੋ ਗਿਆ, ਮੈਂ ਕੋਸ਼ਿਸ਼ ਕਰਾਂਗਾ ਤਕਸੀਮ ਦੀ ਆਪਣੇ ਦੋਸਤ ਨੂੰ ਵੀਡੀਓ ਦਿਖਾਵਾਂ, ਅਤੇ ਅਸੀਂ ਇਹ ਕੋਸ਼ਿਸ਼ ਕਰੀਏ ਸਰਕਾਰ ਦਾ ਅਸੀਂ ਦੂਰ ਦਰਾਜ ਤੋਂ ਬੈਠੇ ਹੁਣ ਹਰ ਹਫ਼ਤੇ ਅੱਜ ਇਸ ਟਾਈਮ ਅਸੀਂ ਦਰਬਾਰ ਦੇ ਬਾਹਰ ਆ ਗਏ ਇਸ ਜਗ੍ਹਾ 'ਤੇ। ਕੱਲ੍ਹ ਸਰਕਾਰ ਦੇ ਲੰਗਰ ਪੱਕੇ ਕਿੰਨੇ ਦੇ ਗਏ? 26 ਦੇ ਗਏ ਲੰਗਰ ਦੀਆਂ 26। ਅਤੇ ਅਸੀਂ ਮੁਲਤਾਨ ਹੋ ਕੇ ਵਾਪਸ ਆ ਗਏ ਸੀ, ਕੱਲ੍ਹ ਇਸ ਜਗ੍ਹਾ 'ਤੇ ਲੰਗਰ ਵੀ ਤਕਸੀਮ ਹੋ ਗਿਆ ਨਮਕੀਨ ਦਾ ਲੰਗਰ। ਅਤੇ ਅੱਜ 5 ਤਰੀਕ ਹੈਗੀ, ਅਤੇ ਜਿਸ ਤਰ੍ਹਾਂ ਸਰਕਾਰ ਦੇ ਮਹਿਬਾਬ ਦਰਬਾਰ 'ਤੇ ਹਾਜ਼ਰੀ ਦੇ ਕੇ ਅਸੀਂ ਆ ਗਏ ਵਾਪਸ ਇੱਥੇ, ਇਨਸ਼ਾਅੱਲਾ ਕੱਲ੍ਹ ਸਰਕਾਰ ਦੇ ਦੇਗਾਂ ਦਾ ਲੰਗਰ ਪੱਕੇਗਾ, 26 ਦੇਗਾਂ ਲੰਗਰ ਦੀਆਂ ਚਾਵਲਾਂ ਦੀਆਂ। ਮੈਂ ਕੋਸ਼ਿਸ਼ ਕਰਾਂਗਾ ਆਪਣੇ ਦੋਸਤ ਨੂੰ ਉਹ ਮੰਦਰ ਉਹ ਵੀਡੀਓ ਵਿਖਾਵਾਂ, ਜਦੋਂ ਤਕਸੀਮ ਕਰਾਂਗੇ ਆਪਣੇ ਦੋਸਤ ਨੂੰ ਉਹ ਮੰਦਰ ਉਹ ਵੀਡੀਓ ਵਿਖਾਵਾਂਗੇ। ਸਾਹਮਣੇ ਸਰਕਾਰ ਨਾਲ ਉਸ ਕਦੇ ਮੇਨ ਐਂਟਰੀ ਗੇਟ ਹੈਗਾ, ਸਾਰੀਆਂ ਦੇਗਾਂ ਜਿਹੜੇ ਲੰਗਰ ਦੀਆਂ ਇਸ ਜਗ੍ਹਾ 'ਤੇ ਪੱਕਣਗੀਆਂ ਲੈਣ ਵਾਲ। ਮੈਂ ਕੋਸ਼ਿਸ਼ ਕਰਾਂਗਾ ਆਪਣੇ ਦੋਸਤ ਨੂੰ ਲੰਗਰ ਪੱਕਣ ਦੀ ਵੀਡੀਓ ਜਦੋਂ ਤਕਸੀਮ ਕਰਾਂਗੇ ਉਹਦੀ ਵੀਡੀਓ ਆਪਣੇ ਦੋਸਤ ਨੂੰ ਇਸ ਚੈਨਲ ਦੇ ਅੰਦਰ ਵਿਖਾਵਾਂਗਾ। ਤਮਾਮ ਦੋਸਤਾਂ ਸਲਾਮ ਪੇਸ਼ ਕਰਦੇ, ਅਰਜ਼ੀ ਪੇਸ਼ ਕਰਦੇ, ਖਾਸ ਕਰ ਜਿਹੜੇ ਮੁਰਸ਼ਿਦ ਲਾਲਾ ਸਰਕਾਰ ਦੇ ਦੂਰ ਦਰਾਜ ਤੋਂ ਸਰਕਾਰ ਦੇ ਆਸ਼ਿਕ ਬੇਟੇ ਨੂੰ ਸਲਾਮ ਪੇਸ਼ ਕਰਦੇ ਕਿ ਲੱਖਾਂ ਦਾਤਾ ਲਾਲਾ ਵਾਲਾ ਪੀਰ ਉਹਨਾਂ ਸਲਾਮ ਕਬੂਲ ਕਰੇ, ਉਹਨਾਂ ਦੀ ਅਰਜ਼ੀ ਕਬੂਲ ਕਰੇ। ਇਨਸ਼ਾਅੱਲਾ ਕੱਲ੍ਹ ਸਰਕਾਰ ਦਾ ਲੰਗਰ ਤਕਸੀਮ, ਕੱਲ੍ਹ 6 ਤਰੀਕ, ਅੱਜ 5 ਤਰੀਕ ਹੈਗੀ, ਅਤੇ ਮੈਂ ਆਪਣੇ ਦੋਸਤ ਨੂੰ ਕੋਸ਼ਿਸ਼ ਕਰਾਂਗਾ ਪੂਰਾ ਮੰਦਰ ਪੂਰੀ ਵੀਡੀਓ। ਇਹ ਸਾਹਮਣੇ ਪਾਣੀ ਛਬੀਲੀ ਹੈਗੀ, ਅਤੇ ਸਾਹਮਣੇ ਮੇਨ ਐਂਟਰੀ ਗੇਟ ਸਰਕਾਰ ਲਾਲਾ ਸਰਕਾਰ ਲੱਖ ਦਿੱਤਾ ਸਹੀ ਅਤੇ ਮੁਸਤਾਨ ਦਾ। ਅਤੇ ਮਾਸ਼ਾਅੱਲਾ ਅੱਜ ਮੌਸਮ ਵੀ ਕਾਫੀ ਜ਼ਿਆਦਾ ਠੰਡਾ ਹੈਗਾ, ਤੁਸੀਂ ਵੇਖੋ ਅੱਜ 5 ਤਰੀਕ 7ਵਾਂ ਮਹੀਨਾ, ਅਤੇ ਇਨਸ਼ਾਅੱਲਾ ਕੱਲ੍ਹ 6 ਤਰੀਕ 7ਵਾਂ ਮਹੀਨਾ, ਅਤੇ ਸਰਕਾਰ ਦਾ ਇਸ ਜਗ੍ਹਾ 'ਤੇ ਲੰਗਰ ਪੱਕੇਗਾ, ਇਸ ਜਗ੍ਹਾ 'ਤੇ ਇੱਥੇ ਤਕਸੀਮ ਹੋਏਗਾ। ਅਸਲਾਮ ਅਲੈਕੁਮ ਤਮਾਮ ਦੋਸਤਾਂ ਅਤੇ ਪੀਰ ਵੀਰ ਅਤੇ ਸਖੀ ਦੇ ਮਨਾਂ ਨੂੰ ਸਲਾਮ ਹੋ ਗਿਆ ਜੀ। ਮੈਂ ਇਮਤਿਆਜ਼ ਹਸਨ ਜਾਵਰ। ਮਾਸ਼ਾਅੱਲਾ ਅਸੀਂ ਸਰਕਾਰ ਦੇ ਮਹਿਬਾਬ ਦਰਬਾਰ ਦੇ ਕੰਮ ਫਾਈਨਲ ਕਰਕੇ ਵਾਪਸ ਆ ਗਏ, ਸਰਕਾਰ ਦਾ ਰਾਤੀ ਉਰਸੀ ਉਹੀ ਪੁੱਤਾ ਕੇ ਵਾਪਸ ਆ ਗਏ। ਹੁਣ ਥੋੜ੍ਹੇ ਦੇਰ ਸਰਕਾਰ ਨੂੰ ਚਾਦਰੀ ਪੇਸ਼ ਕਰਦੇ ਹਨ, ਤਮਾਮ ਦੋਸਤ ਸਲਾਮੀ ਪੇਸ਼ ਕਰਦੇ, ਅਰਜ਼ੀ ਪੇਸ਼ ਕਰਦੇ, ਖਾਸ ਕਰ ਸਰਕਾਰ ਦੇ ਆਸ਼ਿਕ ਦੂਤ ਰਾਤ ਬੈਠੇ ਨੇ, ਲੱਖਾਂ ਦਾਤਾ ਲਾਲਾ ਵਾਲਾ ਪੀਰ ਉਹਨਾਂ ਸਲਾਮ ਕਬੂਲ ਕਰੇ, ਉਹਨਾਂ ਦੀ ਅਰਜ਼ੀ ਕਬੂਲ ਕਰੇ। ਮਾਸ਼ਾਅੱਲਾ ਅੱਜ 5 ਤਰੀਕ ਹੈਗੀ ਅਤੇ 7ਵਾਂ ਮਹੀਨਾ, ਇਨਸ਼ਾਅੱਲਾ ਕੱਲ੍ਹ ਬਾਹਰ ਪਾਣੀ ਛਬੀ ਦੋ 26 ਦੇਗਾ ਚਾਵਲਾਂ ਦੇ ਲੰਗਰ ਦੇ ਪੱਕਣਗੀਆਂ, ਅਤੇ ਆਪਣੇ ਦੋਸਤ ਨੂੰ ਮੰਦਰ ਵੀ ਖਾਵਾਂਗੇ, ਵੀਡੀਓ ਵੀ ਖਾਵਾਂਗੇ। ਖਾਸ ਕਰ ਜਿਹੜੇ ਸਰਕਾਰ ਦੇ ਆਸ਼ਿਕ ਦੂਤ ਰਾਤ ਤੋਂ ਬੈਠੇ ਉਹਨਾਂ ਸਲਾਮ ਪੇਸ਼ ਕਰਦੇ, ਉਹਨਾਂ ਦੀ ਅਰਜ਼ੀ ਪੇਸ਼ ਕਰਦੇ ਹਨ। ਇਹ ਦੇਗਾਂ ਅਸੀਂ ਉਦੋਂ ਪੱਕਣੇ ਸੀ ਜਦੋਂ ਸਰਕਾਰ ਦੀ ਪ੍ਰਦੇਸ਼ ਦਾ ਦਿਨ ਸੀ, ਲੇਕਿਨ ਬਸ ਕੋਈ ਵਜ੍ਹਾ ਕੋਲ ਅਸੀਂ ਰੁਕ ਗਏ ਸੀ, ਲੇਕਿਨ ਇਨਸ਼ਾਅੱਲਾ ਕੱਲ੍ਹ ਸਰਕਾਰ ਦਾ ਲੰਗਰ ਹੀ ਪੱਕੇਗਾ ਬਾਹਰ ਮੇਨ ਐਂਟਰੀ ਗੇਟ ਦੇ ਅੱਗੇ, ਅਤੇ ਤਕਸੀਮ ਵੀ ਕਰਾਂਗੇ। ਮੈਂ ਕੋਸ਼ਿਸ਼ ਕਰਾਂਗਾ ਆਪਣੇ ਦੋਸਤ ਨੂੰ ਮੰਦਰ ਉਹ ਵੀਡੀਓ ਦਿਖਾਵਾਂ, ਥੋੜ੍ਹੇ ਦੇਰ ਤੱਕ ਸਰਕਾਰ ਦੀ ਚਾਦਰੀ ਪੇਸ਼ ਕਰਦੇ, ਜਿਹੜੀ ਲਾਲ ਚਾਦਰ ਹੈਗੀ ਹੋਰ ਚਾਦਰ ਚੜਾਉਂਦੇ ਸਰਕਾਰ ਨੂੰ, ਅਤੇ ਤਮਾਮ ਦੋਸਤਾਂ ਸਲਾਮੀ ਪੇਸ਼ ਕਰਦੇ, ਅਰਜ਼ੀ ਪੇਸ਼ ਕਰਦੇ, ਖਾਸ ਕਰ ਜਿਹੜੇ ਸਰਕਾਰ ਦੇ ਆਸ਼ਿਕ ਦੂਤ ਦਰਾਜ ਤੋਂ ਬੈਠੇ ਨੇ, ਲੱਖਾਂ ਦਾਤਾ ਲਾਲਾ ਵਾਲਾ ਪੀਰ ਉਹਨਾਂ ਸਲਾਮ ਕਬੂਲ ਕਰੇ, ਉਹਨਾਂ ਦੀ ਅਰਜ਼ੀ ਕਬੂਲ ਕਰੇ। ਮਾਸ਼ਾਅੱਲਾ ਜੀ, ਬਿਲਕੁਲ ਥੋੜ੍ਹੀ ਦੇਰ ਸਰਕਾਰ ਦੀ ਚਾਦਰ ਪੇਸ਼ ਕਰਦੇ, ਸਰਕਾਰ ਨੂੰ ਚਾਦਰ ਚੜਾਉਂਦੇ, ਸਰਕਾਰ ਦੇ ਮਹਿਬਾਬ ਦਰਬਾਰ 'ਤੇ ਹਾਜ਼ਰੀ ਦੇ ਕੇ ਅਸੀਂ ਵਾਪਸ ਆ ਗਏ ਹਾਂ। ਅਤੇ ਜਿਸ ਤਰ੍ਹਾਂ ਹੀ ਵਾਪਸ ਆ ਕੇ ਇਨਸ਼ਾਅੱਲਾ ਕੱਲ੍ਹ ਸਰਕਾਰ ਦਾ ਲੰਗਰ ਹੀ ਤਕਸੀਮ ਕਰਾਂਗੇ, ਅੱਜ ਸਰਕਾਰ ਦੀ ਚਾਦਰ ਪੇਸ਼ ਕਰਦੇ ਹਾਂ। ਅਤੇ ਤਮਾਮ ਦੋ ਜੋ ਸਰਕਾਰ ਦੇ ਆਸ਼ਿਕ ਦੂਰ ਦਰਾਜ ਤੋਂ ਬੈਠੇ ਨੇ, ਉਹਨਾਂ ਦੀ ਹਾਜ਼ਰੀ ਪੇਸ਼ ਕੇ ਦੇ ਕੇ ਲੱਖਾਂ ਦਾਤਾ ਲਾਲਾ ਵਾਲਾ ਪੀਰ ਸਾਰਿਆਂ ਸਲਾਮ ਕਬੂਲ ਕਰੇ, ਅਰਜ਼ੀ ਕਬੂਲ ਕਰੇ। ਮਾਸ਼ਾਅੱਲਾ ਜੀ, ਇਸ ਟਾਈਮ ਮੇਰੇ ਮੁਰਸ਼ਿਦ ਲੱਖਾਂ ਦਾਤਾ ਲਾਲਾ ਵਾਲਾ ਪੀਰ ਦੀ ਚਾਦਰ ਜਿਹੜੀ ਹੈਗੀ ਅਸੀਂ ਖੋਲ ਦਿੱਤੀ ਇਸ ਟਾਈਮ, ਅਤੇ ਥੋੜ੍ਹੀ ਦੇਰ ਸਰਕਾਰ ਦੀ ਚਾਦਰ ਹੀ ਪੇਸ਼ ਕਰਦੇ ਹਾਂ। ਤਮਾਮ ਦੋ ਜੋ ਸਰਕਾਰ ਦੇ ਆਸ਼ਿਕ ਵੀਡੀਓ ਸਰ ਵੇਖ ਰਹੇ, ਉਹਨਾਂ ਸਲਾਮ ਪੇਸ਼ ਕਰਦੇ, ਉਹਨਾਂ ਦੀ ਅਰਜ਼ੀ ਪੇਸ਼ ਕਰਦੇ ਹਾਂ।
ਮਾਸ਼ਾਅੱਲਾ ਜੀ ਬਿਲਕੁਲ ਦਰਬਾਰ ਦੇ ਅੰਦਰ ਆ ਗਏ, ਸਰਕਾਰ ਦੀ ਚਾਦਰ ਲੈ ਕੇ, ਆਪਣੇ ਦੋਸਤ ਨੂੰ ਚਾਦਰ ਦੀ ਵੀਡੀਓ ਵਿਖਾ ਰਹੇ ਹਾਂ, ਅਤੇ ਤਮਾਮ ਦੋ ਜਿਹੜੇ ਮੇਰੇ ਮੁਰਸ਼ਿਦ ਆਸ਼ਿਕ ਦੀਵਾਨੇ ਮਸਤਾਨੇ ਪਰਵਾਨੇ ਦੇਸਾਂ ਪ੍ਰਦੇਸਾਂ ਵਿੱਚ ਬੈਠੇ ਨੇ, ਲੱਖਾਂ ਦਾਤਾ ਲਾਲਾਂ ਵਾਲਾ ਪੀਰ, ਉਹਨਾਂ ਦੀ ਹਾਜ਼ਰੀ ਕਬੂਲ ਕਰ, ਉਹਨਾਂ ਦਾ ਸਲਾਮ ਕਬੂਲ। ਮਾਸ਼ਾਅੱਲਾ ਮੇਰੇ ਮੁਰਸ਼ਿਦ ਦੀ ਚਾਦਰ ਚਾੜੇ, ਆਪਣੇ ਦੋਸਤ ਨੂੰ ਚਾਦਰ ਦੀ ਵੀਡੀਓ ਵਿਖਾ ਰਹੇ ਹਾਂ। ਮਾਸ਼ਾਅੱਲਾ ਜੀ ਸਾਡਾ ਹਾਜ਼ਰ ਸਿਰਫ ਡੇਰਾ ਗਾਜ਼ੀ ਖਾਨ, ਮਾਸ਼ਾਅੱਲਾ ਸਰਕਾਰ ਦੀ ਚਾਦਰ ਵੀ ਸਰਕਾਰ ਦੇ ਲਿਆ, ਸਰਕਾਰ ਦੀ ਪਾਗ ਵੀ ਹੈਗੀ ਹੈ ਮਾਸ਼ਾਅੱਲਾ, ਅਤੇ ਕੱਲ੍ਹ ਇਨਸ਼ਾਅੱਲਾ ਸਰਕਾਰ ਦਾ ਲੰਗਰ ਦਾ ਨਿਜ਼ਾਮ ਵੀ ਹੈਗਾ, 26 ਦੇਗਾ ਲੰਗਰ ਦੇ ਸਰਕਾਰ ਦੇ ਬਾਹਰ ਮੇਨ ਐਂਟਰੀ ਗੇਟ ਦੇ ਕੇ, ਅਤੇ ਤਮਾਮ ਦੋ ਜਿਹੜੇ ਸਰਕਾਰ ਦੇ ਆਸ਼ਿਕ ਦੂਰ ਦਰਾਜ ਤੋਂ ਬੈਠੇ ਨੂੰ ਸਲਾਮ ਪੇਸ਼ ਕਰਦੇ, ਉਹਨਾਂ ਦੀ ਅਰਜ਼ੀ ਪੇਸ਼ ਕਰਦੇ, ਮਾਸ਼ਾਅੱਲਾ ਜਿਸ ਤਰ੍ਹਾਂ ਆਪਣੇ ਦੋਸਤ ਨੂੰ ਦੱਸਿਆ ਸੀ ਸਰਕਾਰ ਦੀ ਚਾਦਰ ਪੇਸ਼ ਕਰਾਂਗੇ, ਇਸ ਵਿੱਚ ਬਿਲਕੁਲ ਮੁਰਸ਼ਿਦ ਦੀ ਚਾਦਰ ਚੜ੍ਹ ਗਈ, ਸਰਕਾਰ ਦੀ ਪੱਗ ਮਾਸ਼ਾਅੱਲਾ, ਅਤੇ ਤਮਾਮ ਦੋ ਜਿਹੜੇ ਸਰਕਾਰ ਦੇ ਆਸ਼ਿਕ ਦੂਰ ਦਰਾਜ ਬੈਠੇ ਨੂੰ ਸਲਾਮ ਪੇਸ਼ ਕਰਦੇ, ਉਹਨਾਂ ਦੀ ਅਰਜ਼ੀ ਪੇਸ਼ ਕਰਦੇ ਕਿ ਲੱਖਾਂ ਦਾਤਾ ਲਾਲਾਂ ਵਾਲਾ ਪੀਰ ਉਹਨਾਂ ਸਲਾਮ ਕਬੂਲ ਕਰ, ਉਹਨਾਂ ਦੀ ਅਰਜ਼ੀ ਕਬੂਲ ਕਰੇ। ਮਾਸ਼ਾਅੱਲਾ ਜੀ ਸੁਬਾਨ ਅੱਲਾ, ਸਰਕਾਰ ਦੀ ਚਾਦਰ ਪੇਸ਼ ਕਰਕੇ, ਸਰਕਾਰ ਦੀ ਪਗੜੀ, ਸਰਕਾਰ ਦੀ ਪੱਗ ਉਪਰ, ਮਾਸ਼ਾਅੱਲਾ ਜੀ ਸੁਬਾਨ ਅੱਲਾ, ਆਪਣੇ ਦੋਸਤ ਨੂੰ ਮੰਜ਼ਰ ਵੀ ਖਾ ਰਹੇ, ਸਰਕਾਰ ਦੀ ਇਸ ਟਾਈਮ ਮੇਰੇ ਮੁਰਸ਼ਿਦ ਦੀ ਜਿਹੜੀ ਪੱਗ ਹੈਗੀ ਹੋਰ ਚੜ ਰਹੀ ਹੈ, ਸਰਕਾਰ ਦੀ ਪੱਗ ਚੜ ਰਹੀ, ਸਰਕਾਰ ਦੇ ਆਸ਼ਿਕ ਦੀਵਾਨੇ ਜਿਨ੍ਹਾਂ ਨੇ ਕੱਲ੍ਹ ਸਰਕਾਰ ਦਾ ਲੰਗਰ ਬਣਾਉਣਾ ਹੈ, ਉਹਨਾਂ ਨੇ ਸਰਕਾਰ ਦੀ ਅੱਜ ਚਾਦਰ ਵੀ ਅਤੇ ਸਰਕਾਰ ਦੀ ਪੱਗ ਵੀ, ਮਾਸ਼ਾਅੱਲਾ ਪੂਰਾ ਪੂਰਾ ਕੱਪੜਾ ਸੀ ਜਿਹੜਾ ਪੱਗ ਨੂੰ, ਸਰਕਾਰ ਦੀ ਪੱਗ ਨੂੰ ਬੰਨਿਆ ਜਾ ਰਿਹਾ, ਆਪਣੇ ਦੋਸਤ ਨੂੰ ਵੀ ਖਾ ਰਹੇ। ਦੁਆ ਮੰਗ ਚਾਦਰ ਹੀ ਕਮੂਰ ਕੋਈ ਲੰਗਰ ਵੀ ਲੰਗਰ ਚਲੈਂਦਾ ਹਿੰਮਤ ਦਿੰਦਾ ਵਾ, ਮੈਂ ਤੇਰੇ ਦਰ ਤੇ ਲੰਗਰ ਚਲੈਂਦਾ ਥੋੜ੍ਹਾ ਸਾਫੀ ਮੈਂ ਤੇਰਾ ਨਿਆਜ਼ਮੰਦ, ਮੈਂ ਤੇਰਾ ਗੁਲਾਮ, ਮੈਂ ਤੇਰਾ ਬਿਲਕੁਲ ਸਮਾਨ ਸਮਾਨ ਆ ਗਿਆ। ਇਸ ਸ਼ਾਮ ਦਾ ਮੰਜ਼ਰ ਹੈਗਾ, ਸੁਬਹਾ ਨਮਾਜ਼ ਦਾ ਟਾਈਮ, ਸਰਕਾਰ ਦਾ ਲੰਗਰ ਤਿਆਰ ਹੋਏਗਾ ਅਤੇ ਸੁਬਹਾ 8 ਵਜੇ ਲੰਗਰ ਫਿਰ ਤਕਸੀਮ ਹੋ ਗਿਆ। ਇਸ ਟਾਈਮ ਬਿਲਕੁਲ ਦੇਗਾਂ, ਲੱਕੜੀਆਂ, ਕਾਠੀਆਂ ਸਾਹਮਣੇ ਸਰਕਾਰ ਦੇ ਮੇਨ ਐਂਟਰੀ ਗੇਟ ਹੈਗਾ, ਸਾਰਾ ਸਮਾਨ ਮੇਨ ਐਂਟਰੀ ਗੇਟ ਦੇ ਅੱਗੇ ਜਮ੍ਹਾਂ ਹੋ ਗਿਆ, ਅਤੇ ਕੱਲ੍ਹ ਨਮਾਜ਼ ਤੋਂ ਪਹਿਲੇ ਪਹਿਲੇ ਸਰਕਾਰ ਦਾ ਲੰਗਰ ਪਕਾਉਣਗੇ, ਅਤੇ ਸੁਬਹਾ 7-6 ਵਜੇ ਲੰਗਰ ਬਿਲਕੁਲ ਤਿਆਰ ਹੋ ਜਾਣਾ ਮੁਕੰਮਲ ਸਾਰਾ। ਮਾਸ਼ਾਅੱਲਾ ਜੀ ਇਹ ਸਾਡੇ ਹਾਜੀ ਸਾਹਿਬ ਦੀ ਮੰਨਤ ਸੀ, ਜਿਹੜੇ ਆ ਕੇ ਇਹਨਾਂ ਨੇ ਮੰਨਤ ਆਪਣੀ ਦੇ ਰਹੇ ਨੇ, ਇਸ ਟਾਈਮ ਇਹ ਜ਼ਿਬਾ ਕਰਨਗੇ, ਜ਼ਿਬਾ ਦੇ ਬਾਅਦ ਚਾਵਲ ਦਾ ਲੰਗਰ ਬਣਾਉਣਗੇ। ਮਾਸ਼ਾਅੱਲਾ ਇਸ ਟਾਈਮ ਸਾਡੇ ਨਾਲ ਹਾਜੀ ਸਾਹਿਬ ਡੇਰਾ ਗਾਜ਼ੀ ਖਾਨ ਸ਼ਪੇਸ਼ਲ ਆਏ ਨੇ, ਅਤੇ ਇਹਨਾਂ ਦੀ ਮੰਨਤ ਸੀ ਮੰਨਤ ਇਹਨੂੰ ਜ਼ਿਬਾ ਕਰਨਗੇ, ਜ਼ਿਬਾ ਕਰਕੇ ਜਿਹੜੇ ਚਾਵਲੇ ਲੰਗਰ ਚਾਵਲੇ ਪਾਉਣਗੇ। ਮਾਸ਼ਾਅੱਲਾ ਇਸ ਟਾਈਮ ਸਰਕਾਰ ਦਾ ਮੇਨ ਐਂਟਰੀ ਗੇਟ ਹੈਗਾ, ਅਤੇ ਰਾਤ ਦਾ ਮੰਦਰ ਰਾਤ ਦਾ ਟਾਈਮ ਹੈਗਾ। ਸੋਹਣਾ ਸਹੀ ਤੇਰੀ ਮੰਨਤ ਮਨਜ਼ੂਰ ਕਰੇ, ਤੇਰੀ ਹਾਜ਼ਰੀ ਕਬੂਲ ਕਰੇ ਸਹੀ। ਸੋਹਣਾ ਸਹੀ ਮੱਥਾ ਟੇਕੋ।
ਅਗੁਰਦੁਆਰੇ ਨਾਂ ਦੇ ਮੈਂ ਲੰਗਰ ਚਲੀ ਜਾਣਾ ਆ। ਬਿਲਕੁਲ ਜੀ, ਇਸ ਟਾਈਮ ਦੁਆ ਖੈਰ ਦੀ ਹੋ ਰਹੀ, ਦੁਆ ਖੈਰ ਦੀ ਹੋ ਕੇ ਇਹਨੂੰ ਜ਼ਿਬਾ ਕਰਨਗੇ, ਜ਼ਿਬਾ ਕਰਕੇ ਇਹਨੂੰ ਦੇ ਕੇ ਪਾਉਣਗੇ। ਇਸ ਟਾਈਮ ਬਿਲਕੁਲ ਅਸੀਂ ਦੁਆ ਕਰ ਰਹੇ ਇਹਨਾਂ ਵਾਸਤੇ, ਕਿਉਂਕਿ ਇਹਨਾਂ ਦੀ ਮੰਨਤ ਸੀ, ਇਹਨਾਂ ਦੀ ਮੰਨਤ ਪੂਰੀ ਹੋ ਗਈ, ਫਿਰ ਆ ਕੇ ਇਹ ਲੰਗਰ ਕਰ ਰਹੇ ਨੇ ਸਾਨੂੰ। ਅਸੀਂ ਇਹ ਪਕਾਉਣਾ ਸੀ 14 ਦਿਨ ਹੱਜ ਨੂੰ, ਜਦੋਂ ਸਰਕਾਰ ਦੀ ਪ੍ਰਦੇਸ਼ ਦਾ ਦਿਨ ਸੀ, ਲੇਕਿਨ ਉਦੋਂ ਸਾਡੇ ਕੋਲ ਟਾਈਮ ਨਹੀਂ ਸੀ, ਬਾਈ ਕੋਲ ਟਾਈਮ ਨਹੀਂ ਸੀ, ਮਾਸ਼ਾਅੱਲਾ ਕੋਈ ਮਸਲਾ ਸੀ ਉਹਦੇ ਵਿੱਚ ਲੰਗਰ ਨਹੀਂ ਪੱਕਿਆ, ਲੇਕਿਨ ਅੱਜ ਆ ਗਏ ਨੇ ਮਾਸ਼ਾਅੱਲਾ। ਬਿਲਕੁਲ ਜੀ, ਸੁਬਹਾ ਸੁਬਹਾ ਦਾ ਮੰਦਰ ਅਤੇ ਸੁਬਹਾ ਸੁਬਹਾ ਦਾ ਟਾਈਮ ਅਤੇ ਸੁਬਹਾ ਸੁਬਹਾ ਮੰਦਰ ਹੈਗਾ, ਜਿਹੜੇ ਦੇਗਾਂ ਨੇ ਬਿਲਕੁਲ ਕੋਈ ਤਿਆਰ ਹੋ ਗਏ ਨੇ, ਕੋਈ ਤਿਆਰ ਹੋ ਰਹੇ ਨੇ। ਅੱਜ ਮੈਂ ਸਮਝੋ ਪੂਰਾ ਸ਼ਹਿਰ, ਜਿਹੜੇ ਲੋਕ ਦੂਰ ਦੁਰਾਤ ਤੋਂ ਆਏ ਨੇ, ਸਖੀ ਸਰਦ ਮੁਜਾਵਰ ਅਤੇ ਜਿਹੜੇ ਵੀ ਲੋਕ ਆਏ ਨੇ, ਉਹਨਾਂ ਸਾਰਿਆਂ ਨੂੰ ਲੰਗਰ ਮਿਲੇਗਾ, ਕਿਉਂਕਿ 26 ਦੇਗਾ ਲੰਗਰ ਦੇ ਨੇ। ਬਿਲਕੁਲ ਕੋਈ ਤਿਆਰ ਹੋ ਰਹੇ ਨੇ, ਕੁਝ ਹੋ ਰਹੇ ਨੇ ਇਸ ਟਾਈਮ। ਬਿਲਕੁਲ ਸੁਬਹਾ ਸੁਬਹਾ ਦਾ ਮੰਦਰ ਅਤੇ ਸੁਬਹਾ ਸੁਬਹਾ ਦਾ ਟਾਈਮ ਹੈਗਾ ਮੇਰੇ ਮੁਰਸ਼ਿਦ ਦਾ ਲੰਗਰ। ਮੈਂ ਇਹ ਜ਼ਿੰਦਗੀ 'ਚ ਪਹਿਲੇ ਦਵਾਈ ਨਾਲ ਲੰਗਰ ਵੇਖ ਰਿਹਾ ਦਰਬਾਰ ਦੇਗੇ। ਵੈਸੇ ਤਾਂ ਹੋਰ ਜਗ੍ਹਾ 'ਤੇ ਲੰਗਰ ਹੁੰਦਾ ਰਹਿੰਦਾ ਤਕਸੀਮ, ਲੇਕਿਨ ਮੈਂ ਇੰਟਰ ਗੇਟ ਦੇਗੇ, ਮੈਂ ਪਹਿਲੇ ਦਵਾਈ ਲੰਗਰ ਵੇਖ। ਤਮਾਮ ਦੋ ਜਿਹੜੇ ਦੂਰ ਦਰਾਜ ਤੋਂ ਬੈਠੇ ਨੇ, ਰਲ ਕੇ ਦੁਆ ਕਰਨਾ ਕਿ ਅੱਲਾਹ ਪਾਕ ਹਰ ਬੰਦੇ ਨੂੰ ਤੋਫੀਕ ਦੇਵੇ, ਸਰਕਾਰ ਦਾ ਲੰਗਰ ਚੱਲਦਾ ਹੋਵੇ, ਹਰ ਬੰਦੇ ਨੂੰ ਸਰਕਾਰ ਆਸਾ ਮੁਰਦਾ ਪੂਰਾ ਕਰੇ, ਸਾਰਿਆਂ ਸਲਾਮ ਕਬੂਲ ਕਰੇ, ਹਾਜ਼ਰੀ ਕਬੂਲ ਕਰੇ, ਇਸ ਤਰ੍ਹਾਂ ਸਰਕਾਰ ਦੇ ਨਾਂ ਦਾ ਲੰਗਰ ਚੱਲਦਾ ਹੋਵੇ। ਮਾਸ਼ਾਅੱਲਾ ਤੁਸੀਂ ਵੇਖੋ ਲੈਣ ਨਾਲ ਕਾਫੀ ਦੇਗਾ ਲੰਗਰ ਪਿਆ ਦੇ ਪੱਕਦਿਆਂ ਪਏ ਨੇ। ਆਪਣੇ ਦੋਸਤ ਨੂੰ ਲੰਗਰ ਦੇ ਵੀਡੀਓ ਵਿਖਾਉਂਦੇ ਆ, ਆਪਣੇ ਦੋਸਤ ਨੂੰ ਚਾਵਲ ਵਿਖਾਉਂਦੇ, ਕਿਸ ਤਰ੍ਹਾਂ ਚਾਵਲ, ਇਹ ਜੇ ਚਾਵਲ ਹੈਗਾ ਅੱਛਾ ਤੋਂ ਅੱਛਾ ਚਾਵਲ, ਤੁਸੀਂ ਵੇਖੋ ਇਸ ਟਾਈਮ ਬਿਲਕੁਲ। ਅਤੇ ਇਹ ਆ ਰਹੇ ਹਾਲੇ ਤੱਕ ਪਾਣੀ ਨੇ, ਕੋਈ ਦੇਗਾ ਪੱਕ ਰਹੇ ਨੇ, ਜਦੋਂ ਉਹ ਉਤਾਰਨਗੇ ਫਿਰ ਹੋਰ ਦੇਗਾ ਰੱਖਣਗੇ, ਜਦੋਂ ਸਾਰੇ ਮੁਕੰਮਲ ਪੱਕਣਗੀਆਂ ਫਿਰ ਲੰਗਰ ਤਕਸੀਮ ਹੋਏਗਾ। ਪਹਿਲੇ ਛਾਪਰੇ ਪੈਕ ਕਰਾਂਗੇ, ਛਾਪਰੇ ਪੈਕ ਕਰਕੇ ਜਿਹੜੀ ਪਾਣੀ ਛੱਪੇ ਦੇਗੇ, ਇੱਥੇ ਲੰਗਰ ਤਕਸੀਮ ਹੋਏਗਾ। ਅਤੇ ਆਪਣੇ ਦੋਸਤ ਨੂੰ ਮੰਦਰ ਵਿਖਾ ਰਹੇ, ਸਾਹਮਣੇ ਸਰਕਾਰ ਲਾਲਾ ਸਰਕਾਰ ਦਾ ਮੇਨ ਐਂਟਰੀ ਗੇਟ ਹੈ, ਵੇਖੋ ਤੁਸੀਂ ਮੇਨ ਐਂਟਰੀ ਗੇਟ ਦੇਗੇ, ਸਰਕਾਰ ਮੇਰੇ ਮੁਰਸ਼ਿਦ ਦਾ ਲੰਗਰ ਤਿਆਰ ਹੋ ਰਿਹਾ, ਲੱਖਾਂ ਦਾਤਾ ਲਾਲਾ ਨੂੰ ਪੀੜ। ਮਾਸ਼ਾਅੱਲਾ ਜੀ, ਇਧਰੋਂ ਸਰਕਾਰ ਦਾ ਲੰਗਰ ਤਿਆਰ ਹੈ, ਇਧਰ ਬਰਫ਼ ਵੀ ਆ ਗਈ ਹੈ, ਲੋਕ ਜਿਹੜਾ ਲੰਗਰ ਖਾਣਗੇ ਫਿਰ ਨਾਲ ਠੰਡਾ ਪਾਣੀ ਪੀਣਗੇ। ਮਾਸ਼ਾਅੱਲਾ ਜੀ, ਸੁਬਾਨ ਅੱਲਾ, ਮੇਰੇ ਮੁਰਸ਼ਿਦ ਦਾ ਲੰਗਰ ਲਾਲਾ ਵਾਲਾ ਪੀੜ ਦਾ ਜੀ। 15 ਦੇਗਾਂ ਪੱਕ ਕੇ ਥੱਲੇ ਉਤਰ ਗਏ ਨੇ, ਹੋਰ ਜਿਹੜੇ 15 ਆਪਣਾ ਹੋਰ ਦੇਗਾ ਨੇ ਉਹ ਵੀ ਰੱਖ ਰਹੇ ਨੇ ਇਸ ਟਾਈਮ। ਤੁਸੀਂ ਵੇਖੋ ਜਿਹੜੇ ਲੰਗਰ, ਕੁਝ ਦੇਗਾ ਵੜ ਗਏ ਨੇ, ਕੁਝ ਹੋਰ ਵੜ ਰਹੇ ਨੇ, ਬੰਦਾ ਦੇਗਾ ਚੁੱਕ ਰਿਹਾ ਇਸ ਟਾਈਮ, ਤੁਸੀਂ ਵੇਖੋ। ਮਾਸ਼ਾਅੱਲਾ ਜੀ, ਸੁਬਾਨ ਅੱਲਾ, ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ, ਦੂਰ ਦਰਾਜ ਤੋਂ ਸਰਕਾਰ ਦੇ ਆਸ਼ਿਕ ਦੀਵਾਨੇ ਮਸਤਾਨੇ ਪਰਵਾਨੇ ਬੈਠੇ, ਉਹਨਾਂ ਨੂੰ ਹਰ ਮੰਜ਼ਰ, ਹਰ ਅਪਡੇਟ, ਹਰ ਜਾਣਕਾਰੀ ਵਿਖਾਈ, ਕਿਉਂਕਿ ਜਿਹੜੇ ਲੋਕ ਨਹੀਂ ਆ ਸਕਦੇ ਉਹ ਘਰ ਬੈਠ ਕੇ ਸਰਕਾਰ ਦੀ ਵੀਡੀਓ ਵੇਖ ਸਕਣ। ਮਾਸ਼ਾਅੱਲਾ ਤੁਸੀਂ ਵੇਖੋ ਮੇਰੇ ਮੁਰਸ਼ਿਦ ਦਾ ਲੰਗਰ, ਲੰਗਰ ਮਾਸ਼ਾਅੱਲਾ, ਇਹ ਲੰਗਰ ਅਸੀਂ ਹੁਣ ਥੋੜ੍ਹੀ ਦੇਰ ਤੱਕ ਪੈਕ ਕਰਦੇ, ਛਾਪਰੇ ਪੈਕ ਕਰਾਂਗੇ, ਆਪਣੇ ਦੋਸਤ ਨੂੰ ਮੰਜ਼ਰ ਵੀਡੀਓ ਵਿਖਾਵਾਂਗੇ, ਜਦੋਂ ਤਕਸੀਮ ਕਰਾਂਗੇ ਉਹ ਮੰਜ਼ਰ ਉਹ ਵੀਡੀਓ ਵਿਖਾਵਾਂਗੇ। ਮਾਸ਼ਾਅੱਲਾ ਬਿਲਕੁਲ ਜੀ, ਦਰਬਾਰ ਅੰਦਰ ਦੁਆ ਖੈਰ ਕਰਦੇ, ਸਰਕਾਰ ਦੇ ਕਦਮਾਂ ਨੂੰ, ਸਰਕਾਰ ਦਾ ਲੰਗਰ ਲਾ ਕੇ ਫਿਰ ਤਕਸੀਮ ਕਰਦੇ। ਮਾਸ਼ਾਅੱਲਾ, ਮੇਰੇ ਮੁਰਸ਼ਿਦ ਦੀ ਚਾਦਰ ਜੇ ਅਸੀਂ ਰਾਤੀ ਚੜ੍ਹਾਈ ਸੀ, ਸਰਕਾਰ ਦਾ ਲੰਗਰ ਜਿਹੜੇ ਸਰਕਾਰ ਦੇ ਕਦਮਾਂ ਨੂੰ ਲਾ ਕੇ ਦੁਆ ਫਰਿਆਦ ਕਰਕੇ ਫਿਰ ਤਕਸੀਮ ਕਰਾਂਗੇ। ਇਸ ਟਾਈਮ ਆਪਣੇ ਦੋਸਤ ਨੂੰ ਲੰਗਰ ਦੀ ਵੀਡੀਓ ਵਿਖਾ ਰਹੇ ਹਾਂ। ਬਿਲਕੁਲ ਦਰਬਾਰ ਸਖੀ ਸੋਲਾ ਨਮਸਕਾਰ, ਸਗੀ ਦੇ ਮੁਸਲਮਾਨ ਲੰਗਰ ਜਿਹੜੇ ਸਰਕਾਰ ਦਾ ਲੰਗਰ ਹੈਗਾ, ਸਰਕਾਰ ਨੂੰ ਕਦਮਾਂ ਨੂੰ ਲਾ ਕੇ ਫਿਰ ਸਰਕਾਰ ਦੀ ਦੁਆ ਖੈਰ ਕਰਕੇ ਫਿਰ ਜਿਹੜਾ ਲੰਗਰ ਹੈਗਾ ਤਕਸੀਮ ਕਰਨਗੇ ਇਸ ਟਾਈਮ। ਮਾਸ਼ਾਅੱਲਾ ਜੀ, ਇਸ ਟਾਈਮ ਮੇਰੇ ਮੁਰਸ਼ਿਦ ਲੱਖਾਂ ਦਾ ਤਲਾਲਾ ਵਾਲਾ ਪੀਰ ਪੀਣ ਗਏ, ਸਰਕਾਰ ਦਾ ਲੰਗਰ ਬਿਲਕੁਲ ਤਿਆਰ ਹੈਗਾ, ਅਤੇ ਦੁਆ ਖੈਰ ਦਿੰਦਾ ਕਰ ਰਹੇ, ਕੱਲ੍ਹ ਰਾਤੀ ਸਰਕਾਰ ਦੀ ਚਾਦਰ ਵੀ ਪੇਸ਼ ਕੀਤੀ ਸੀ, ਅਤੇ ਅੱਜ 6 ਤਰੀਕ 7ਵਾਂ ਮਹੀਨਾ,
ਅਤੇ ਇਹ ਜਿਹੜਾ ਲੰਗਰ ਸੀ ਇਹ ਪਹਿਲੇ ਪੱਕਣਾ ਸੀ ਜਦੋਂ ਸਰਕਾਰ ਦੀ ਪ੍ਰਦੇਸ਼ ਵਾਲੇ ਦਿਨ, ਲੇਕਿਨ ਪ੍ਰਦੇਸ਼ ਵਾਲੇ ਦਿਨ ਮਸਲਾ ਮਸਲੇ ਹੋ ਗਿਆ ਸੀ, ਉਦੋਂ ਲੰਗਰ ਨਹੀਂ ਪੱਕਿਆ, ਲੇਕਿਨ ਮਾਸ਼ਾਅੱਲਾ ਅੱਜ ਲੰਗਰ ਪੱਕਿਆ, ਬੰਦਾ ਸਾਡੇ ਨਾਲ ਹੈਗਾ ਜਿਹੜਾ ਸਰਕਾਰ ਦਾ ਲੰਗਰ ਪਕਵਾ ਰਿਹਾ, ਅਤੇ ਬਾਹਰ ਥੋੜ੍ਹੀ ਦੇਰ ਤੱਕ ਲੰਗਰ ਹੀ ਤਕਸੀਮ ਕਰਦੇ, ਅਤੇ ਇਸ ਟਾਈਮ ਬਿਲਕੁਲ ਲੰਗਰ ਦਰਬਾਰ ਅੰਦਰ ਲੈ ਦੁਆ ਖਰੀਦਿਆ ਕਰਕੇ, ਉਹਦੇ ਬਾਅਦ ਜਿਹੜਾ ਸਰਕਾਰ ਦਾ ਲੰਗਰ ਹੈਗਾ ਤਕਸੀਮ ਕਰਾਂਗੇ। ਇਹ 7ਵਾਂ ਮਹੀਨਾ 6 ਤਰੀਕ ਅਤੇ 2024 ਅਤੇ ਮੁਰਸ਼ੀ ਲੱਖਾਂ ਦਾ ਤਾਲਾ ਉਹਨਾਂ ਨੇ ਪੀਰ ਦਾ ਬਿਲਕੁਲ ਲੰਗਰ ਜਿਹੜੇ ਦੇਗਾਂ ਸੀ ਚਾਵਲਿਆਂ ਦੇ ਬਿਲਕੁਲ ਤਾਰ ਅਤੇ ਤਿਆਰ ਹੈਗੇ। ਜਿਸ ਤਰ੍ਹਾਂ ਵੀ ਬਾਹਰ ਤਕਸੀਮ ਹੋਣਗੇ, ਮੈਂ ਕੋਸ਼ਿਸ਼ ਕਰਾਂਗਾ ਆਪਣੇ ਦੋਸਤ ਨੂੰ ਮੰਦਰ ਉਹ ਵੀਡੀਓ ਵਿਖਾਉਣ। ਮਾਸ਼ਾਅੱਲਾ ਜੀ, ਸਾਡੇ ਨਾਲ ਹਾਜੀ ਸਾਹਿਬ ਮੌਜੂਦ ਨੇ ਜਿਹਨੇ ਸਰਕਾਰ ਦਾ ਲੰਗਰ ਪਕਵਾਇਆ, ਅਤੇ ਇਹ ਉਦੋਂ ਆ ਰਹੇ ਸੀ ਜਦੋਂ ਸਰਕਾਰ ਦੀ ਪ੍ਰਦੇਸ਼ ਸੀ, ਬਸ ਕੋਈ ਘਰ ਦੇ ਮਸਲੇ ਜਿਸ ਤਰ੍ਹਾਂ ਮਸਲੇ ਹੁੰਦੇ ਨੇ, ਲੇਕਿਨ ਉਹਨਾਂ ਨੇ ਟਾਈਮ ਨਹੀਂ ਮਿਲਿਆ, ਹੁਣ ਆ ਕੇ ਸਰਕਾਰ ਦਾ ਲੰਗਰ ਇਹਨੇ ਆ ਕੇ ਪਕਾਇਆ, ਸਰਕਾਰ ਨੇ ਲੰਗਰ ਕਬੂਲ ਕਰਨ ਦੀ ਹਾਜ਼ਰੀ ਕਬੂਲ ਕਰੇ। ਮਾਸ਼ਾਅੱਲਾ ਅਸੀਂ ਇਹੀ ਕੋਸ਼ਿਸ਼ ਕਰਦੇ ਜਿਹੜੇ ਸਰਕਾਰ ਦਾ ਅਸ਼ਿਕ ਦੂਰ ਦਰਾਜ ਤੋਂ ਬੈਠੇ, ਉਹਨਾਂ ਨੂੰ ਹਰ ਅਪਡੇਟ, ਹਰ ਮੰਜ਼ਰ, ਹਰ ਵੀਡੀਓ ਵਿਖਾਈਏ, ਹੁਣ ਬਾਲ ਚਾਰ ਕੇ ਦੁਆ ਖੈਰ ਦੀ ਕਰਕੇ ਲੰਗਰ ਸਰਕਾਰ ਤਕਸੀਮ ਕਰਦੇ। ਬਿਲਕੁਲ ਜੀ, ਦੁਆ ਖੈਰ ਕਰਕੇ ਜਿਹੜੇ ਦੇਗਾਂ ਨੇ, ਜਿਹੜੇ ਇਹਨਾਂ ਦੀ ਫੈਮਿਲੀ ਨੇ, ਬੱਚੇ ਨੇ, ਉੱਥੇ ਵੀ ਜਾ ਰਹੇ ਨੇ, ਅਤੇ ਜਿਹੜੀ ਪਾਣੀ ਦੇ ਛਬੀਰੇ ਕੀ ਇੱਥੇ ਪੈਕ ਵੀ ਹੋ ਰਹੇ ਨੇ, 2-3 ਦੇਗਾਂ ਪੈਕ ਕਰਕੇ ਫਿਰ ਤਕਸੀਮ ਕਰਾਂਗੇ, ਇਸ ਤਰ੍ਹਾਂ ਫਿਰ 2-3 ਦੇਗਾਂ ਹੋਰ ਪੈਕ ਕਰਕੇ ਫਿਰ ਤਕਸੀਮ ਕਰਾਂਗੇ, ਤਾਂ ਕਿ ਜਿਹੜੇ ਬੱਚੇ ਛੋਟੇ ਛੋਟੇ ਜਲ ਨਾ ਜਾਣ, ਕਿਉਂਕਿ ਕਾਫੀ ਕਿਉਂਕਿ ਲੰਗਰ ਜਿਹੜਾ ਹੈਗਾ ਕਾਫੀ ਗਰਮ ਹੈਗਾ, ਅਤੇ ਛੋਟੇ ਛੋਟੇ ਬੱਚੇ ਵੀ ਇੱਥੇ ਲੈਂਦੇ ਨੇ, ਉਹਨਾਂ ਨੂੰ ਛਾਪਰੇ ਪੈਕ ਕਰਕੇ ਦੇਵਾਂਗੇ, ਤਾਂ ਕਿ ਸਕੂਨ ਨਾਲ ਸਰਕਾਰ ਦਾ ਲੰਗਰ ਲੈ ਕੇ ਜਿੱਥੇ ਮਰਜ਼ੀ ਬੈਠ ਕੇ ਖਾ ਸਕਣ ਸਰਕਾਰ ਦਾ ਲੰਗਰ। ਮਾਸ਼ਾਅੱਲਾ ਅੱਲਾ ਜੇ, ਸਰਕਾਰ ਦਾ ਲੰਗਰ ਤਕਸੀਮ ਹੋ ਗਿਆ, ਇਸ ਪਾਣੀ ਦੇ ਛੱਬੀ ਰਹੇਗੀ, ਇੱਥੇ ਲੰਗਰ ਤਕਸੀਮ ਹੋ ਗਿਆ, ਠੰਡਾ ਪਾਣੀ ਵੀ ਹੈਗਾ, ਨਾਲ ਲੰਗਰ ਵੀ ਹੈਗਾ, ਅਤੇ ਸਾਹਮਣੇ ਸਰਕਾਰ ਦਾ ਮੇਨ ਐਂਟਰੀ ਗੇਟ ਹੈਗਾ, ਅਤੇ ਬਿਲਕੁਲ ਇਸ ਟਾਈਮ ਜਿਹੜਾ ਲੰਗਰ ਹੈਗਾ ਬਿਲਕੁਲ ਤਿਆਰ ਹੈਗਾ, ਅੰਦਰ ਦੁਆ ਖੈਰ ਦੀ ਕਰਕੇ ਜਿਹੜੇ ਅੰਦਰ ਖਲੀਫੇ ਬੈਠੇ ਨੇ ਲੰਗਰ ਦੇ ਦਿੱਤਾ, ਬਾਕੀ ਬਾਹਰ ਜਿਹੜੇ ਸਰਕਾਰ ਦੇ ਆਸ਼ਿਕ ਦੂਰ ਦਰਾਜ ਤੋਂ ਆਏ ਨੇ, ਇਹ ਲੰਗਰ ਉਹਨਾਂ ਨੂੰ ਮਿਲੇਗਾ। ਮਾਰੀਆ ਮਾਰੀਆ ਬਾਲਾਂ ਨੂੰ ਮਾਰੀਆ, ਜਿਹੜਾ ਸਿੱਧਾ ਨਾ ਤੇ ਸਿੱਧਾ ਕਰ, ਜਿਹੜਾ ਸਿੱਧਾ ਨਾ ਤੇ ਸਿੱਧਾ ਕਿਤੇ ਮਾਸ਼ਾਅੱਲਾ ਜੀ, ਇੱਥੇ ਮੇਰੇ ਮੁਰਸ਼ੀ ਲੱਖਾਂ ਦਾ ਤਲਾਲ ਹੋਇਆ, ਲੰਗਰ ਤਕਸੀਮ ਹੋ ਗਿਆ, ਸਰਕਾਰ ਦਾਸ਼ੀ ਕੀ ਕਾਫੀ ਜ਼ਿਆਦਾ ਲੈਣ ਵਾਸਤੇ, ਅੱਜ 6 ਤਰੀਕ 7ਵਾਂ ਮਹੀਨਾ ਸਰਕਾਰ ਦੇ ਮਹੀਬਾ ਦਰਬਾਰ 'ਤੇ ਹਾਜ਼ਰੀ ਦੇ ਕੇ ਕਲਰ ਪੇਂਟ ਕਰਕੇ ਕੰਮ ਕਰਕੇ ਵਾਪਸ ਆ ਗਏ, ਲੰਗਰ ਤਕਸੀਮ ਹੋ ਰਿਹਾ, ਲੰਗਰ ਤਮਾਮ ਦਾ ਸਲਾਮ ਪੇਸ਼ ਕਰਦੇ, ਅਰਜ਼ੀ ਪੇਸ਼ ਕਰਦੇ, ਖਾਸ ਕਰ ਜਿਹੜੇ ਮੇਰੇ ਮੁਰਸ਼ੀ ਦਾਸ਼ੀ ਲੱਖਾਂ ਦਾ ਤਲਾਲ ਵਾਲਾ ਸਲਾਮ ਕਬੂਲ ਕਰਨ ਦੀ ਅਰਜ਼ੀ ਕਰਦੇ।